ਇਹ ਤਸਵੀਰਾਂ ਜਲੰਧਰ ਤੋਂ ਪਠਾਨਕੋਟ ਰਾਸ਼ਟਰੀ ਰਾਜਮਾਰਗ ਸਥਿਤ ਬਿਆਸ ਪਿੰਡ ਦੀਆਂ ਹਨ ਜਿੱਥੇ ਕਿ ਸੜਕਾਂ ਦੀ ਖਸਤਾ ਹਾਲਤ ਹੋਣ ਕਾਰਨ ਅੱਜ ਟਰੈਕਟਰ ਅਤੇ ਟਰਾਲੀ ਰਸਤੇ ਦੇ ਵਿਚਕਾਰ ਹੀ ਪਲਟ ਗਏ। ਇਸ ਹਾਦਸੇ ਦੇ ਹੋਣ ਕਾਰਨ ਜਾਨ ਮਾਲ ਦਾ ਬਚਾਅ ਹੋ ਗਿਆ। ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਇਸ ਵੱਲ ਧਿਆਨ ਦੇਵੇਗਾ ਜਾਂ ਨਹੀਂ। ਬਿਊਰੋ ਰਿਪੋਰਟ ਦੁਆਬਾ ਟਾਈਮ, ਹਰਪ੍ਰੀਤ ਸਿੰਘ ਐਪੀ। ਜਾਨ ਮਾਲ ਦਾ ਬਚਾਅ ਹੋ ਗਿਆ। ਹਾਂ ਹਾਂ ਉੱਥੇ ਤਾਂ ਬਚਾਅ ਆ, ਪਰ ਪਿੰਡੋਂ ਬੜੀ ਸੋਹਣੀ ਆਉਂਦੀ ਆ, ਆਪਾਂ ਇੱਥੇ ਆ ਕੇ ਮੁਸ਼ਕਿਲ ਆਉਣੀ ਆ। ਸੜਕਾਂ ਦੀ ਖਰਾਬੀ ਕਰਨਾ ਹੋ ਗਿਆ, ਸੜਕ ਦੀ ਖਰਾਬੀ ਕਰਨਾ। ਹਾਂਜੀ ਕਿੰਨੇ ਕੁ ਵਜੇ ਦਾ ਜੀ? ਪੌਣੇ 9 ਵਜੇ। ਜਿਹੜੇ ਨੂੰ ਚਲਾ ਰਹੇ ਸੀ ਉਹਨਾਂ ਦਾ ਬਚਾਅ? ਉਹਨਾਂ ਦਾ ਬਚਾਅ ਆਉਂਦਾ, ਬਾਕੀ ਆ ਨੁਕਸਾਨ ਜਿਹੜਾ ਹੋਇਆ।